ਦੋਸਤੋ, ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਚੋਣਾਂ ਹੋਣੀਆਂ ਨੇ, ਹੁਣ ਕਾਗਜ਼ ਭਰੇ ਜਾਣੇ ਨੇ, ਫਿਰ ਵੋਟਾਂ ਵੀ ਪੈ ਜਾਣੀਆਂ ਨੇ। ਪਿੰਡਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ, ਖੈਰ ਸਾਰੇ ਤਾਂ ਨਹੀਂ, ਬਹੁਤ ਪਿੰਡ ਅਜਿਹੇ ਵੀ ਨੇ ਜਿੱਥੇ ਸਰਬਸੰਮਤੀ ਨਾਲ ਸਰਪੰਚ ਬਣਦੇ ਨੇ। ਇੱਕ ਮੈਂ ਅਖਬਾਰ 'ਚ ਪੜ੍ਹਿਆ ਸੀ, ਉਹ ਪਿੰਡ 'ਚ 70-72 ਸਾਲ ਹੋ ਗਏ, ਕਹਿੰਦੇ ਵੋਟ ਪਈ, ਉਹਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਂਦਾ। ਚੰਗੀ ਗੱਲ ਹੈ, ਸਰਕਾਰ ਵੀ ਉਸ ਪਿੰਡ ਨੂੰ ਕੁਛ ਪੈਸਾ ਦਿੰਦੀ ਹੈ, ਜਿਵੇਂ 5 ਲੱਖ ਦੇ ਕਰੀਬ। ਲੜਾਈਆਂ ਹੋ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਜਦੋਂ ਵੋਟਿੰਗ ਹੁੰਦੀ ਹੈ। ਖੈਰ, ਵੋਟ ਇੱਕ ਲੋਕਤੰਤਰ ਦਾ ਮੁੱਢ ਹੈ, ਕਹਿ ਲਓ ਵੀ ਬੇਸ ਹੈ, ਜ਼ਰੂਰੀ ਬਹੁਤ ਹੈ, ਪਰ ਜੇ ਸਰਬਸੰਮਤੀ ਹੁੰਦੀ ਹੋਵੇ ਤਾਂ ਮਾੜਾ ਵੀ ਕੁਛ ਨਹੀਂ। ਜੇ ਸਰਬਸੰਮਤੀ ਨਹੀਂ ਹੁੰਦੀ, ਇਲੈਕਸ਼ਨ ਹੁੰਦੀ ਹੈ, ਮੰਨ ਲਓ ਨਹੀਂ ਬੰਦੇ ਮੰਨਦੇ, ਤਾਂ ਇੱਕ ਕੋਸ਼ਿਸ਼ ਇਹ ਕਰੋ ਵੀ ਆਪਸੀ ਭਾਈਚਾਰਕ ਸਾਂਝ ਨਾ ਤੋੜੋ। ਪਿੱਛੇ ਜਿਹੜੀਆਂ ਇਲੈਕਸ਼ਨਾਂ ਹੋਈਆਂ, ਮੈਂ ਉਹਦੇ ਵਿੱਚ ਦੇਖਿਆ 5-7-4 ਜਿੰਨੇ ਕੁ 'ਚ ਸੂਝੀ ਸੀ ਵੀ, ਫਿਰ ਕਈ ਕਈ ਮਹੀਨੇ, ਕਈ ਕਈ ਸਾਲ ਬੰਦੇ ਰੰਜਿਸ਼ਾਂ ਰੱਖਦੇ ਨੇ ਆਪਸ 'ਚ, ਬੋਲਦੇ ਨਹੀਂ, ਸਮਾਜਿਕ ਤਾਨਾ ਬਾਨਾ ਟੁੱਟ ਜਾਂਦਾ ਹੈ, ਸੋਸ਼ਲੀ ਆਪਾਂ ਆਈਸੋਲੇਟ ਹੋ ਜਾਂਦੇ ਹਾਂ, ਦੂਰੀਆਂ ਵੱਧ ਜਾਂਦੀਆਂ ਨੇ, ਟਕਰਾਅ ਵੱਧ ਜਾਂਦੇ ਨੇ, ਮਾੜੀ ਮਾੜੀ ਗੱਲ ਪਿੱਛੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਵੋਟ ਨਹੀਂ ਸੀ ਪਾਈ, ਵੋਟ ਨਹੀਂ ਸੀ ਪਾਈ। ਜੇ ਵੋਟਿੰਗ ਹੁੰਦੀ ਹੈ ਤਾਂ ਆਪਸੀ ਭਾਈਚਾਰਕ ਸਾਂਝ ਨਾ ਤੋੜੇ, ਠੀਕ ਹੈ? ਕੰਪੀਟੀਸ਼ਨ, ਟੇਕ ਇਟ ਐਜ਼ ਅ ਕੰਪੀਟੀਸ਼ਨ। ਹੁਣ ਜਿਹੜੇ ਵੱਡੇ ਲੀਡਰ ਹੈ, ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ, ਉਹ ਇਲੈਕਸ਼ਨਾਂ ਲੜਦੇ ਨੇ, ਹਾਰ ਜਿੱਤ ਹੁੰਦੀ ਹੈ, ਸਰਕਾਰਾਂ ਬਣਦੇ, 5 ਸਾਲ ਕੋਈ ਆਉਂਦਾ, 5 ਸਾਲ ਕੋਈ ਆਉਂਦਾ, ਆਪਾਂ ਦੇਖਦੇ ਹਾਂ। ਪਰ ਤੁਸੀਂ ਕਦੇ ਡੰਘਾਈ 'ਚ ਜਾ ਕੇ ਦੇਖਿਓ ਵੀ ਆਪਸ 'ਚ ਰਿਸ਼ਤੇਦਾਰ ਵੀ ਹੁੰਦੇ ਨੇ, ਹਾਲਾਂਕਿ ਉਹ ਹੁੰਦੇ ਵਿਰੋਧੀ ਪਾਰਟੀਆਂ 'ਚ ਨੇ, ਪਰ ਰਿਸ਼ਤੇਦਾਰ ਵੀ ਹੁੰਦੇ ਨੇ। ਹੁਣ ਤਾਂ ਅਗਰ ਸੋਸ਼ਲ ਮੀਡੀਆ ਨੇ ਕਾਫੀ ਕੋਈ ਜ਼ਿਕਰ ਵੀ ਕੀਤਾ, ਜਦੋਂ ਯਾਰ ਉਹ ਨਹੀਂ ਲੜਦੇ ਫਿਰ ਆਪਾਂ ਕਿਉਂ ਇੱਕ ਮੋਢਿਆਂ 'ਤੇ ਡਾਂਗਾਂ ਉਲਾਰੀ ਫਿਰਦੇ ਹਾਂ, ਗੋਲੀਆਂ ਚਲਾਉਂਦੇ ਹਾਂ, ਨੁਕਸਾਨ ਕਰਦੇ ਹਾਂ? ਲੋਕਤੰਤਰ ਹੈ, ਇਹਨੂੰ ਇੱਕ ਮਜ਼ਬੂਤ ਲੋਕਤੰਤਰ ਬਣਾਓ, ਆਪਸੀ ਭਾਈਚਾਰਕ ਸਾਂਝ ਨਾ ਤੋੜੋ, ਝਗੜੇ ਨਾ ਕਰੋ। ਠੀਕ ਹੈ, ਜਿਵੇਂ ਪਿੰਡ 'ਚ ਰਾਊਂਡ ਲੈਣਾ ਕਿਸੇ ਉਮੀਦਵਾਰ ਨੇ, ਉਹ ਜ਼ਰੂਰੀ ਹੈ, ਪਾਰਟ ਆਫ ਇਲੈਕਸ਼ਨ ਹੈ, ਉਹ ਜ਼ਰੂਰ ਹੋਣਾ ਚਾਹੀਦਾ, ਪਰ ਝਗੜਿਆਂ ਤੋਂ ਬਚਿਆ ਜਾਵੇ, ਟਕਰਾਅ ਤੋਂ ਬਚਿਆ ਜਾਵੇ, ਜਿਹੜੀ ਆਪਣੇ ਅੰਦਰ ਕਈ ਵਾਰ ਹਉਮੈ ਉੱਠ ਖੜਦੀ ਹੈ ਕਿਸੇ ਵੀ ਕੈਂਡੀਡੇਟ 'ਤੇ, ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ, ਉਹਨੂੰ ਥੋੜ੍ਹਾ ਜਿਹਾ ਦੱਬੋ, ਅਤੇ ਜੇ ਲੱਗਦਾ ਤਾਂ ਸਰਬਸੰਮਤੀ ਵਾਲੇ ਪਾਸੇ ਨੂੰ ਜ਼ਿਆਦਾ ਜਾਓ। ਦੋਸਤੋ, ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ। ਚੋਣਾਂ ਹੋਣੀਆਂ ਨੇ, ਹੁਣ ਕਾਗਜ਼ ਭਰੇ ਜਾਣੇ ਨੇ, ਫਿਰ ਵੋਟਾਂ ਵੀ ਪੈ ਜਾਣੀਆਂ ਨੇ। ਪਿੰਡਾਂ ਦੇ ਵਿੱਚ ਲੜਾਈਆਂ ਹੋ ਜਾਂਦੀਆਂ, ਖੈਰ ਸਾਰੇ ਤਾਂ ਨਹੀਂ, ਬਹੁਤ ਪਿੰਡ ਅਜਿਹੇ ਵੀ ਨੇ ਜਿੱਥੇ ਸਰਬਸੰਮਤੀ ਨਾਲ ਸਰਪੰਚ ਬਣਦੇ ਨੇ। ਇੱਕ ਮੈਂ ਅਖਬਾਰ 'ਚ ਪੜ੍ਹਿਆ ਸੀ, ਉਹ ਪਿੰਡ 'ਚ 70-72 ਸਾਲ ਹੋ ਗਏ, ਕਹਿੰਦੇ ਵੋਟ ਪਈ, ਉਹਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਂਦਾ। ਚੰਗੀ ਗੱਲ ਹੈ, ਸਰਕਾਰ ਵੀ ਉਸ ਪਿੰਡ ਨੂੰ ਕੁਛ ਪੈਸਾ ਦਿੰਦੀ ਹੈ, ਜਿਵੇਂ 5 ਲੱਖ ਦੇ ਕਰੀਬ। ਲੜਾਈਆਂ ਹੋ ਜਾਂਦੀਆਂ ਨੇ ਪਿੰਡਾਂ ਦੇ ਵਿੱਚ ਜਦੋਂ ਵੋਟਿੰਗ ਹੁੰਦੀ ਹੈ। ਖੈਰ, ਵੋਟ ਇੱਕ ਲੋਕਤੰਤਰ ਦਾ ਮੁੱਢ ਹੈ, ਕਹਿ ਲਓ ਵੀ ਬੇਸ ਹੈ, ਜ਼ਰੂਰੀ ਬਹੁਤ ਹੈ, ਪਰ ਜੇ ਸਰਬਸੰਮਤੀ ਹੁੰਦੀ ਹੋਵੇ ਤਾਂ ਮਾੜਾ ਵੀ ਕੁਛ ਨਹੀਂ। ਜੇ ਸਰਬਸੰਮਤੀ ਨਹੀਂ ਹੁੰਦੀ, ਇਲੈਕਸ਼ਨ ਹੁੰਦੀ ਹੈ, ਮੰਨ ਲਓ ਨਹੀਂ ਬੰਦੇ ਮੰਨਦੇ, ਤਾਂ ਇੱਕ ਕੋਸ਼ਿਸ਼ ਇਹ ਕਰੋ ਵੀ ਆਪਸੀ ਭਾਈਚਾਰਕ ਸਾਂਝ ਨਾ ਤੋੜੋ। ਪਿੱਛੇ ਜਿਹੜੀਆਂ ਇਲੈਕਸ਼ਨਾਂ ਹੋਈਆਂ, ਮੈਂ ਉਹਦੇ ਵਿੱਚ ਦੇਖਿਆ 5-7-4 ਜਿੰਨੇ ਕੁ 'ਚ ਸੂਝੀ ਸੀ
ਵੀ ਫਿਰ ਕਈ ਕਈ ਮਹੀਨੇ ਕਈ ਕਈ ਸਾਲ ਬੰਦੇ ਰੰਜਿਸ਼ਾਂ ਰੱਖਦੇ ਨੇ ਆਪਸ 'ਚ, ਬੋਲਦੇ ਨੇ, ਸਮਾਜਿਕ ਤਾਨਾ ਬਾਨਾ ਟੁੱਟ ਜਾਂਦਾ ਹੈ, ਸੋਸ਼ਲੀ ਆਪਾਂ ਆਈਸੋਲੇਟ ਹੋ ਜਾਂਦੇ ਹਾਂ, ਦੂਰੀਆਂ ਵੱਧ ਜਾਂਦੀਆਂ ਨੇ, ਟਕਰਾਅ ਵੱਧ ਜਾਂਦੇ ਨੇ, ਮਾੜੀ ਮਾੜੀ ਗੱਲ ਪਿੱਛੇ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਵੋਟ ਨਹੀਂ ਸੀ ਪਾਈ, ਵੋਟ ਨਹੀਂ ਸੀ ਪਾਈ। ਜੇ ਵੋਟਿੰਗ ਹੁੰਦੀ ਹੈ ਤਾਂ ਆਪਸੀ ਭਾਈਚਾਰਕ ਸਾਂਝ ਨਾ ਤੋੜਿਓ, ਠੀਕ ਹੈ, ਕੰਪੀਟੀਸ਼ਨ ਟੇਕ ਇਟ ਐਜ਼ ਅ ਕੰਪੀਟੀਸ਼ਨ। ਹੁਣ ਜਿਹੜੇ ਵੱਡੇ ਲੀਡਰ ਹੈ, ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ, ਉਹ ਇਲੈਕਸ਼ਨਾਂ ਲੜਦੇ ਨੇ, ਹਾਰ ਜਿੱਤ ਹੁੰਦੀ ਹੈ, ਸਰਕਾਰਾਂ ਬਣਦੇ, 5 ਸਾਲ ਕੋਈ ਆਉਂਦਾ, 5 ਸਾਲ ਕੋਈ ਆਉਂਦਾ, ਆਪਾਂ ਦੇਖਦੇ ਹਾਂ। ਪਰ ਤੁਸੀਂ ਕਦੇ ਡੰਘਾਈ 'ਚ ਜਾ ਕੇ ਦੇਖਿਓ ਵੀ ਆਪਸ 'ਚ ਰਿਸ਼ਤੇਦਾਰ ਵੀ ਹੁੰਦੇ ਨੇ, ਹਾਲਾਂਕਿ ਉਹ ਹੁੰਦੇ ਵਿਰੋਧੀ ਪਾਰਟੀਆਂ 'ਚ ਨੇ, ਪਰ ਰਿਸ਼ਤੇਦਾਰ ਵੀ ਹੁੰਦੇ ਨੇ। ਹੁਣ ਤਾਂ ਅਗਰ ਸੋਸ਼ਲ ਮੀਡੀਆ ਨੇ ਕਾਫੀ ਕੋਈ ਜ਼ਿਕਰ ਵੀ ਕੀਤਾ, ਜਦੋਂ ਯਾਰ ਉਹ ਨਹੀਂ ਲੜਦੇ ਫਿਰ ਆਪਾਂ ਕਿਉਂ ਇੱਕ ਮੋੜਨੇ 'ਤੇ ਡਾਂਗਾਂ ਉਲਾਰੀ ਫਿਰਦੇ ਹਾਂ, ਗੋਲੀਆਂ ਚਲਾਉਂਦੇ ਹਾਂ, ਨੁਕਸਾਨ ਕਰਦੇ ਹਾਂ। ਲੋਕਤੰਤਰ ਹੈ, ਇਹਨੂੰ ਇੱਕ ਮਜ਼ਬੂਤ ਲੋਕਤੰਤਰ ਬਣਾਓ, ਆਪਸੀ ਭਾਈਚਾਰਕ ਸਾਂਝ ਨਾ ਤੋੜੋ, ਝਗੜੇ ਨਾ ਕਰੋ, ਠੀਕ ਹੈ। ਜਿਵੇਂ ਪਿੰਡ 'ਚ ਰਾਊਂਡ ਲੈਣਾ ਹੈ ਕਿਸੇ ਉਮੀਦਵਾਰ ਨੇ, ਉਹ ਜ਼ਰੂਰੀ ਹੈ, ਪਾਰਟ ਆਫ ਇਲੈਕਸ਼ਨ ਹੈ, ਉਹ ਜ਼ਰੂਰ ਹੋਣਾ ਚਾਹੀਦਾ, ਪਰ ਝਗੜਿਆਂ ਤੋਂ ਬਚਿਆ ਜਾਵੇ, ਟਕਰਾਅ ਤੋਂ ਬਚਿਆ ਜਾਵੇ। ਜਿਹੜੀ ਆਪਣੇ ਅੰਦਰ ਕਈ ਵਾਰ ਹਉਮੈ ਉੱਠ ਖੜਦੀ ਹੈ ਕਿਸੇ ਵੀ ਕੈਂਡੀਡੇਟ 'ਤੇ, ਮੈਂ ਕਿਸੇ ਇੱਕ ਨੂੰ ਨਹੀਂ ਕਹਿੰਦਾ, ਉਹਨੂੰ ਥੋੜ੍ਹਾ ਜਿਹਾ ਦੱਬੋ, ਅਤੇ ਜੇ ਲੱਗਦਾ ਤਾਂ ਸਰਬਸੰਮਤੀ ਵਾਲੇ ਪਾਸੇ ਨੂੰ ਜ਼ਿਆਦਾ ਜਾਓ।